ਘਰ ਦੇ ਵਿੱਚ ਹੀ ਮਾਸੂਮ ਬੱਚੇ ਨੂੰ ਕਰੰਟ ਲੱਗਿਆ, ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਖੇਡਦਾ ਖੇਡਦਾ ਲੋਹੇ ਦੀ ਪੌੜੀ ਵੱਲ ਹੋ ਗਿਆ ਔਰ ਲੋਹੇ ਦੀ ਪੌੜੀ ਤੋਂ ਉਸਨੂੰ ਝਟਕਾ ਵੱਜਿਆ, ਜਿਸ ਨਾਲ 10 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਤਸਵੀਰਾਂ ਸਮਰਾਲਾ ਦੇ ਸ੍ਰੀ ਗੁਰੂ ਅਰਜਨ ਦੇਵ ਕਲੋਨੀ ਦੀਆਂ ਨੇ, ਜਿੱਥੇ ਇੱਕ ਪ੍ਰਵਾਸੀ ਮਜ਼ਦੂਰਾਂ ਦਾ ਪਰਿਵਾਰ ਰਹਿ ਰਿਹਾ ਸੀ ਕਿਰਾਏ ਦੇ ਮਕਾਨ ਦੇ ਵਿੱਚ, ਤਾਂ ਉਹਨਾਂ ਦਾ 10 ਸਾਲ ਦਾ ਬੱਚਾ ਜੋ ਖੇਡਦਾ ਖੇਡਦਾ ਲੋਹੇ ਦੀ ਪੌੜੀ ਦੇ ਕੋਲ ਪਹੁੰਚ ਗਿਆ। ਜਿਉਂ ਹੀ ਉਸਨੇ ਲੋਹੇ ਦੀ ਪੌੜੀ ਨੂੰ ਹੱਥ ਲਾਇਆ, ਇੱਕਦਮ ਝਟਕਾ ਵੱਜਿਆ, ਕਰੰਟ ਲੱਗਿਆ, ਮੌਕੇ ਤੇ ਹੀ ਇਸ ਮਾਸੂਮ ਬੱਚੇ ਦੀ ਮੌਤ ਹੋ ਗਈ। 10 ਸਾਲ ਦਾ ਰਾਜਨ ਮਾਂ ਦਾ ਲਾਡਲਾ ਪੁੱਤ ਸੀ ਔਰ ਕਿਰਾਏ ਦੇ ਘਰ ਦੇ ਵਿੱਚ ਇਹ ਪ੍ਰਵਾਸੀ ਲੋਕ ਰਹਿੰਦੇ ਸੀ ਔਰ ਉੱਥੇ ਹੀ ਲੋਹੇ ਦੀ ਪੌੜੀ ਦੇ ਨਾਲ ਇਸ ਨੂੰ ਕਰੰਟ ਵੱਜਿਆ, ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਇਹ ਬਾਰਿਸ਼ ਆਇਆ ਸੁਬਹ ਸੁਬਹ ਔਰ ਸਾਰੇ ਜਗ੍ਹਾ ਕਰੰਟ ਆਤਾ ਸੀਗਾ। ਉਹ ਜੀਨਾ ਪਾ ਵੀ ਹੈ, ਲੋਹਾ ਵਾਲਾ ਪੌੜੀ ਲਗਾ ਹੁਆ ਹੈ, ਪੌੜੀ ਉਸ ਤੇ ਖੇਲਣੇ ਗਿਆ ਨਿਆਣਾ, ਲੱਕਾ ਲਾਣੇ ਗਿਆ ਸੀਗਾ ਤੇ ਐਸੇ ਖੇਲਣੇ ਗਿਆ ਹੋਗਾ, ਉਸ ਕਰੰਟ ਲੱਗ ਗਿਆ। ਅਬ ਰਬ ਜਾਣੇ ਕਿਆ ਹੋਗਾ, ਉੱਪਰ ਵਾਲਾ ਜਾਣਾ, ਮੈਂ ਤਾਂ ਕਾਂ ਪਰ ਗਿਆ ਤਾਂ ਫਿਰ ਵੀ ਚਲਾ ਆਇਆ, ਪਹਿਲੇ ਵੀ ਆਤਾ ਥਾ, ਪਤਾ ਨੀ ਹਮ ਸਾਰਾ ਦਿਨ ਜਾਂਦੇ ਥੇ ਪੂਰਾ ਪੂਰਾ ਮੇਰਾ ਬੰਦਾ, ਪਰ ਮਾਲਿਕ ਕੋ ਬਤਾਇਆ ਨੇ ਬਤਾਇਆ, ਹਮ ਵੀ ਨੇ ਬਤਾਇਆ ਥੇ। ਕੌਣ ਮਾਲਿਕ ਹੈ ਜਨਾ ਕਮਰੋ ਕਾ? ਯਹਾਂ ਅਫਤਾਰ ਹੈ। ਹਾਂਜੀ, ਉਸਕੇ ਬਾਅਦ ਕੀ ਨਾਮ ਹੈ? ਮੇਰਾ ਨਾਮ ਡਾਕਟਰ ਯਤੀਸ਼ ਹੈ ਜੀ। ਇੱਕ ਬੱਚਾ ਲੈ ਕੇ ਆਉਂਦਾ ਸੀਗਾ, ਕੀ ਮਾਮਲਾ, ਕੀ ਨਾਮ? ਹਾਂਜੀ, ਸਾਡੇ ਕੋਲ ਤਕਰੀਬਨ 12 ਵਜੇ ਦੇ ਕਰੀਬ ਇੱਕ 10 ਸਾਲ ਦਾ ਬੱਚਾ ਜੀ, ਰਾਜਨ ਕੁਮਾਰ, ਅਤੇ ਪਿਤਾ ਦਾ ਨਾਮ ਰਣਜੀਤ ਯਾਦਵ। ਇਲੈਕਟ੍ਰਿਕ ਸ਼ੌਕ ਦੀ ਹਿਸਟਰੀ ਹੈ ਜੀ ਉਹਦੀ, ਬੱਚੇ ਦੀ, ਜਿਹੜਾ ਆਇਆ ਸੀ, ਅਤੇ ਬਰੋਡ ਡੈਡੀ ਸੀ ਸਾਡੇ ਕੋਲ, ਬੜੇ ਜ਼ਿਆਦਾ ਆਇਆ, ਸੀ ਪੀ ਆਰ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ, ਟਰਾਈ ਕੀਤੀ ਪੂਰੀ, ਪਰ ਰਿਵਾਈਵ ਨਹੀਂ ਹੋਇਆ ਬੱਚਾ। ਅਤੇ ਅਸੀਂ ਤਕਰੀਬਨ 15 ਮਤਲਬ 12 ਸਾਢੇ 12 ਵਜੇ ਤੱਕ ਕਿਤੇ ਕਰਦੇ। ਘਰ ਦੇ ਵਿੱਚ ਹੀ ਮਾਸੂਮ ਬੱਚੇ ਨੂੰ ਕਰੰਟ ਲੱਗਿਆ, ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਖੇਡਦਾ ਖੇਡਦਾ ਲੋਹੇ ਦੀ ਪੌੜੀ ਵੱਲ ਹੋ ਗਿਆ ਔਰ ਲੋਹੇ ਦੀ ਪੌੜੀ ਤੋਂ ਉਸਨੂੰ ਝਟਕਾ ਵੱਜਿਆ, ਜਿਸ ਨਾਲ 10 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਤਸਵੀਰਾਂ ਸਮਰਾਲਾ ਦੇ ਸ੍ਰੀ ਗੁਰੂ ਅਰਜਨ ਦੇਵ ਕਲੋਨੀ ਦੀਆਂ ਨੇ, ਜਿੱਥੇ ਇੱਕ ਪ੍ਰਵਾਸੀ ਮਜ਼ਦੂਰਾਂ ਦਾ ਪਰਿਵਾਰ ਰਹਿ ਰਿਹਾ ਸੀ ਕਿਰਾਏ ਦੇ ਮਕਾਨ ਦੇ ਵਿੱਚ, ਤਾਂ ਉਹਨਾਂ ਦਾ 10 ਸਾਲ ਦਾ ਬੱਚਾ ਜੋ ਖੇਡਦਾ ਖੇਡਦਾ ਲੋਹੇ ਦੀ ਪੌੜੀ ਦੇ ਕੋਲ ਪਹੁੰਚ ਗਿਆ, ਜਿਉਂ ਹੀ ਉਸਨੇ ਲੋਹੇ ਦੀ ਪੌੜੀ ਨੂੰ ਹੱਥ ਲਾਇਆ, ਇੱਕਦਮ ਝਟਕਾ ਵੱਜਿਆ, ਕਰੰਟ ਲੱਗਿਆ, ਮੌਕੇ ਤੇ ਹੀ ਇਸ ਮਾਸੂਮ ਬੱਚੇ ਦੀ ਮੌਤ ਹੋ ਗਈ। 10 ਸਾਲ ਦਾ ਰਾਜਨ ਮਾਂ ਦਾ ਲਾਡਲਾ ਪੁੱਤ ਸੀ ਔਰ ਕਿਰਾਏ ਦੇ ਘਰ ਦੇ ਵਿੱਚ ਇਹ ਪ੍ਰਵਾਸੀ ਲੋਕ ਰਹਿੰਦੇ ਸੀ ਔਰ ਉੱਥੇ ਹੀ ਲੋਹੇ ਦੀ ਪੌੜੀ ਦੇ ਨਾਲ ਇਸ ਨੂੰ ਕਰੰਟ ਵੱਜਿਆ, ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਕੀ ਬਾਤ ਹੋਈ, ਕਿਵੇਂ ਮੌਤ ਹੋਈ? ਇਹ ਬਾਰਿਸ਼ ਆਇਆ ਸੁਬਹ ਸੁਬਹ ਔਰ ਸਾਰੇ ਜਗ੍ਹਾ ਕਰੰਟ ਆਤਾ ਸੀਗਾ। ਉਹ ਜੀਨਾ ਪਾ ਵੀ ਹੈ, ਲੋਹਾ ਵਾਲਾ ਪੌੜੀ ਲਗਾ ਹੁਆ ਹੈ, ਪੌੜੀ ਉਸ ਤੇ ਖੇਲਣੇ ਗਿਆ ਨਿਆਣਾ, ਲੱਕਾ ਲਾਣੇ ਗਿਆ ਸੀਗਾ ਤੇ ਐਸੇ ਖੇਲਣੇ ਗਿਆ ਹੋਗਾ, ਉਸ ਕਰੰਟ ਲੱਗ ਗਿਆ। ਅਬ ਰਬ ਜਾਣੇ ਕਿਆ ਹੋਗਾ, ਉੱਪਰ ਵਾਲਾ ਜਾਣਾ, ਮੈਂ ਤਾਂ ਕਾਂ ਪਰ ਗਿਆ ਤਾਂ ਫਿਰ ਵੀ ਚਲਾ ਆਇਆ, ਪਹਿਲੇ ਵੀ ਆਤਾ ਥਾ, ਪਤਾ ਨੀ ਹਮ ਸਾਰਾ ਦਿਨ ਜਾਂਦੇ ਥੇ ਪੂਰਾ ਪੂਰਾ ਮੇਰਾ ਬੰਦਾ, ਪਰ ਮਾਲਿਕ ਕੋ ਬਤਾਇਆ ਨੇ ਬਤਾਇਆ, ਹਮ ਵੀ ਨੇ ਬਤਾਇਆ ਥੇ। ਕੌਣ ਮਾਲਿਕ ਹੈ ਜਨਾ ਕਮਰੋ ਕਾ? ਯਹਾਂ ਅਫਤਾਰ ਹੈ।
ਹਾਂਜੀ ਉਸਕੇ ਬਾਅਦ ਕੀ ਨਾਮ ਹੈ? ਮੇਰਾ ਨਾਮ ਡਾਕਟਰ ਯਤੀਸ਼ ਹੈ ਜੀ। ਇੱਕ ਬੱਚਾ ਲੈ ਕੇ ਆਉਂਦਾ ਸੀਗਾ, ਕੀ ਮਾਮਲਾ ਕੀ ਨਾਮ? ਹਾਂਜੀ ਸਾਡੇ ਕੋਲ ਤਕਰੀਬਨ 12 ਵਜੇ ਦੇ ਕਰੀਬ ਇੱਕ 10 ਸਾਲ ਦਾ ਬੱਚਾ ਜੀ ਰਾਜਨ ਕੁਮਾਰ ਅਤੇ ਪਿਤਾ ਦਾ ਨਾਮ ਪਰਮਜੀਤ ਯਾਦਵ। ਇਲੈਕਟ੍ਰਿਕ ਸ਼ੌਕ ਦੀ ਹਿਸਟਰੀ ਹੈ ਜੀ ਉਹਦੀ, ਬੱਚੇ ਦੀ ਜਿਹੜਾ ਆਇਆ ਸੀ, ਅਤੇ ਬਰੋਡ ਡੈਡੀ ਸੀ ਸਾਡੇ ਕੋਲ, ਬੜੇ ਜ਼ਿਆਦਾ ਆਇਆ, ਸੀ ਪੀ ਆਰ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ, ਟਰਾਈ ਕੀਤੀ ਪੂਰੀ, ਪਰ ਰਿਵਾਈਵ ਨਹੀਂ ਹੋਇਆ ਬੱਚਾ। ਅਤੇ ਅਸੀਂ ਤਕਰੀਬਨ 15 ਮਤਲਬ 12 ਸਾਢੇ 12 ਵਜੇ ਤੱਕ ਸਾਡੇ ਕਰ ਸਕਦੇ।